इन्होंने हडे कपड़े पाड़े आ, खिच तू की मेरे डांगा मारिया। ਜੈ ਮਨਾਲਾ ਜੀ। ਤੁਸੀਂ ਜਦੋਂ ਅੱਗੇ ਵਧੇ ਸੀ ਤਾਂ ਪੁਲਿਸ ਨੇ ਤੁਹਾਡੀ ਕੁੱਟਮਾਰ ਕੀਤੀ। ਹਾਂਜੀ। ਕੀ ਕਿਹਾ ਤੁਹਾਨੂੰ, ਕੀ ਸਾਰੀ ਕੱਪਿਆ ਦੱਸੋ ਜੀ। ਇਹ ਅਸੀਂ ਇਹ ਸੁਖਵੀਰ ਬਾਦਲ ਨੂੰ ਪੁੱਛਣਾ ਚਾਹੁੰਦੇ ਹਾਂ ਵੀ ਜਦੋਂ ਇਹ ਸਾਰਾ ਟੱਬਰ ਚਿੱਠੀਆਂ ਲਿਆ ਲਿਆ ਦਿਖਾਉਂਦਾ ਸੀਗਾ ਸੈਂਟਰ ਤੋਂ ਵੀ, ਇਹ ਕਾਨੂੰਨ ਕਿਸਾਨਾਂ ਦੇ ਬਹੁਤ ਹੱਕ ਲਈ ਆ, ਅਸੀਂ ਉਹਨਾਂ ਨੂੰ ਸਵਾਲ ਕਰਨੇ ਚਾਹੁੰਦੇ ਹਾਂ, ਅਦੇ ਹੱਕ ਪੁੱਛਣੇ ਚਾਹੁੰਦੇ ਹਾਂ ਵੀ ਤੁਸੀਂ ਜਿਹੜੇ ਸਾਡੇ ਹੱਕ ਦਿੱਲੀ ਵਿੱਚ ਆ ਉਹਨਾਂ ਦਾ ਜਵਾਬ ਦਿਓ। ਇਹ ਪੁਲਿਸ ਨੇ ਸਾਡੇ ਨਾਲ ਸ਼ਰੇਆਮ ਧੱਕਾ ਕੀਤਾ ਜੀ, ਇਹ ਲੋਕਤੰਤਰ ਦਾ ਘਾਣ ਕਰ ਰਹੇ ਆ। ਆਹ ਇਹਨਾਂ ਨੇ ਸਾਡੇ ਕੱਪੜੇ ਪਾੜੇ ਆ, ਖਿੱਚ ਤੂ ਕੀਤੀ ਆ, ਮੇਰੇ ਡਾਂਗਾ ਮਾਰੀਆਂ। ਇਹ ਪੁਲਿਸ ਕੋਈ ਇਹ ਸ਼ਰੇਆਮ ਧੱਕਾ ਕਰ ਰਹੇ ਆ, ਇਹ ਅੱਗੇ ਸੁਣਦੇ ਹੀ ਆਪਾਂ ਅਬਦਾਲੀਆਂ ਦੇ ਆਹ ਹਲਕੀ ਤਾਂ ਨਾਲੇ ਆਹ ਦੇਖੋ ਆਹ ਵੇਖੋ ਆਹ ਦੇਖੋ ਸਾਡੇ ਵੀਰ ਨੌਜਵਾਨਾਂ ਬਹੁਤ ਜ਼ਿਆਦਾ ਧੱਕਾ ਹੋ ਗਿਆ, ਲਾਠੀਚਾਰਜ ਕਰਦੇ ਨੇ, ਆਹ ਵੇਖੋ ਮਾਰੇ ਨੂੰ ਧੱਕਾ ਕਰ ਰਹੇ ਨੇ। ਅਸੀਂ ਫਿਰ ਵੀ ਚੁੱਪ ਅਸੀਂ ਕੁਛ ਕਹਿੰਦੇ ਨਹੀਂ, ਪਰ ਸਾਡੇ ਨਾਲ ਫਿਰ ਵੀ ਇਹ ਧੱਕਾ ਹੋ ਰਿਹਾ ਹੈ। ਆਹ ਦੇਖ ਆਹ ਵੇਖੋ ਵੀਰੇ ਇੱਧਰ ਵੀਡੀਓ ਉੱਧਰ ਉਹ ਸਾਡੇ ਸਾਡੇ ਦੇ ਪਾਣੀ ਦੀਆਂ ਛਾਲਾਂ ਸਾਡੇ ਦੇ ਪਾਣੀ ਦੀਆਂ ਛਾਲਾਂ ਪਾਈਆਂ ਜਾ ਰਹੀਆਂ ਨੇ। ਵੇਖੋ ਵੀਰੇ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਹੈ, ਬਹੁਤ ਜ਼ਿਆਦਾ।